ਵੀ ਸ਼ਕਤੀ ਆ, ਬੋਲ ਹਾਲੇਲੂਇਆ। ਸੁੱਖ ਦੇ ਵੇਲੇ ਲੋਕ ਵਿਆਹ ਦੇ ਵਿੱਚ ਯਿਸੂ ਮਸੀਹ ਨੂੰ ਯਾਦ ਨਹੀਂ ਕਰਦੇ, ਜਨਮ ਦਿਨ ਦੇ ਵਿੱਚ ਪਹਿਲੇ ਪਹਿਲੇ ਪ੍ਰਾਰਥਨਾ ਕਰਾ ਲੈਂਦੇ, ਫਿਰ ਪਟਾਕੇ ਚਲਾ ਕੇ ਡੀਜੇ ਲਾ ਲੈਂਦੇ। ਲੋਕ ਦੁੱਖ ਦੇ ਵੇਲੇ ਵੀ ਰੱਬ ਨੂੰ ਯਾਦ ਨਹੀਂ ਕਰਦੇ। ਕੁਝ ਲੋਕਾਂ ਦਾ ਨਜ਼ਰੀਆ ਅਲੱਗ ਅਲੱਗ ਹੁੰਦਾ, ਕੁਝ ਲੋਕ ਜ਼ਿਆਦਾ ਸੁਖੀ ਹੋ ਕੇ ਤਾਂ ਰੱਬ ਤੋਂ ਦੂਰ ਹੋ ਜਾਂਦੇ ਨੇ, ਕੁਝ ਲੋਕ ਦੁਖੀ ਹੋ ਕੇ ਤਾਂ ਰੱਬ ਤੋਂ ਕੀ ਹੋ ਜਾਂਦੇ ਨੇ। ਦਾਊਦ ਜਦੋਂ ਸੁਖੀ ਉਦੋਂ ਰੱਬ ਤੋਂ ਦੂਰ ਹੋ ਗਿਆ, ਪਾਪ ਤੇ ਚਲਾ ਗਿਆ। ਲੇਕਿਨ ਅਯੂਬ ਜਦੋਂ ਦੁਖੀ ਸੀ ਉਹਨੇ ਕਿਹਾ ਖੁਦਾ ਨੇ ਕਿਹਾ, ਖੁਦਾ ਨੇ ਕਿਹਾ, ਖੁਦਾ ਦਾ ਨਾਮ ਪ੍ਰਾਰਥਨਾ ਪ੍ਰਾਰਥਨਾ ਪ੍ਰਾਰਥਨਾ। ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ, ਤੁਹਾਡੇ ਵਿਸ਼ਵਾਸ ਨੂੰ ਵਧਾਉਣ ਵਾਸਤੇ ਸਾਡੇ ਸੋਚੋ ਕਦੀ ਖੁਦਾ ਨੇ ਤੁਹਾਨੂੰ ਲੈ ਕੇ ਆਉਂਦਾ ਹੈ। ਹਾਲੇਲੂਇਆ। ਅੱਜ ਹਿੰਦੁਸਤਾਨ ਦਾ ਕੋਈ ਨਾ ਕੋਈ ਦਿਨ ਤਿਉਹਾਰ ਹੋਏਗਾ, ਕੁਝ ਲੋਕ ਇੱਧਰ ਉੱਧਰ ਗਏ ਹੋਣਗੇ, ਕੁਝ ਰਿਸ਼ਤੇਦਾਰਾਂ ਨੂੰ ਗਏ ਹੋਣਗੇ। ਅੱਜ ਮੌਸਮ ਵੀ ਠੰਡਾ ਸੀ, ਥੋੜੀ ਬਾਰਿਸ਼ ਵੀ ਹੋ ਰਹੀ ਸੀ, ਔਰ ਸਾਨੂੰ ਬੰਦੀ ਨੇ ਸਵੇਰ ਤੋਂ ਲੈ ਕੇ ਹੁਣ ਤੱਕ ਬੜਾ ਖਰਾਬ ਕੀਤਾ। ਸਾਰੀਆਂ ਰੁਕਾਵਟਾਂ ਹੋਣ ਦੇ ਬਾਵਜੂਦ ਵੀ ਸਾਰੇ ਗੱਲਾਂ ਨੇ ਯਿਸੂ ਮਸੀਹ ਨੇ ਸਭ ਕੁਝ ਸਹੀ ਕੀਤਾ। ਪ੍ਰਾਰਥਨਾ ਕਰੋ, ਪ੍ਰਾਰਥਨਾ ਕਰੋ, ਪ੍ਰਾਰਥਨਾ ਤਾਂ ਬਹੁਤ ਕੁਛ ਹੋ ਸਕਦਾ। ਕੁਝ ਲੋਕ ਜਦੋਂ ਪ੍ਰਾਰਥਨਾ ਵਾਸਤੇ 10 ਦਿਨ ਇਕੱਠੇ ਕਰੀਏ ਫਿਰ ਮਜ਼ਾ ਆਉਂਦਾ, ਕੁਝ ਲੋਕ ਜਦੋਂ ਪ੍ਰਾਰਥਨਾ ਕਰਨ ਲਈ ਇੱਕ ਰੋਜ਼ਾ ਪ੍ਰਾਰਥਨਾ ਰੱਖੀ ਜਾਂਦੇ, ਸ਼ੁੱਕਰਵਾਰ ਤੇ ਸ਼ੁਕਰਾਨ। ਇੱਕ ਤਾਂ ਮੈਨੂੰ ਇਹ ਨੀ ਪਤਾ ਲੱਗਦਾ ਕਿ ਤੁਹਾਨੂੰ ਇਹ ਅੰਧ ਵਿਸ਼ਵਾਸ ਕਿੰਨੀ ਭਾਰਤ ਆ ਕਿ ਰੋਜ਼ਾ ਸ਼ੁੱਕਰਵਾਰ ਹੀ ਰੱਖਣਾ ਚਾਹੀਦਾ। ਇਹ ਇੱਕ ਅੰਧ ਵਿਸ਼ਵਾਸ ਆ, ਇੱਕ ਮੂਰਤੀ ਪੂਜਾ ਆ। ਦਿਨਾਂ ਨੂੰ ਤਾਂ ਮਹੀਨਿਆਂ ਨੂੰ ਮੰਨਦੇ ਹੋ, ਸਾਲਾਂ ਤੇ ਵਰ੍ਹਿਆਂ ਨੂੰ ਮੰਨਦੇ ਹੋ, ਤਰੀਕਾਂ ਨੂੰ ਮੰਨਦੇ ਹੋ, ਤੇ ਚੰਦਰਮਾ ਨੂੰ, ਸੂਰਜ ਨੂੰ ਮੰਨਦੇ ਹੋ, ਤੇ ਸਮਿਆਂ ਨੂੰ ਮੰਨਦੇ ਹੋ। ਇਹ ਮਸੀਹ ਲੋਕ ਇੱਦਾਂ ਵਿਸ਼ਵਾਸ ਨਹੀਂ ਰੱਖਦੇ, ਪ੍ਰਭੂ ਦੇ ਲੋਕ ਵਚਨ ਤੇ ਵਿਸ਼ਵਾਸ ਕਰਦੇ ਆ। ਜਦੋਂ ਪ੍ਰਭੂ ਯਿਸੂ ਮਸੀਹ ਦੇ ਵਚਨ ਚ ਲਿਖਿਆ, ਜਦੋਂ ਪਰਮੇਸ਼ਰ ਨੇ ਐਤਵਾਰ ਨੂੰ ਬਣਾਇਆ ਤੇ ਖੁਦਾ ਨੇ ਕੀ ਆਖਿਆ ਸੀ? ਚੰਗਾ ਤਾਂ ਬਣਾ, ਬੋਲੋ ਚੰਗਾ। ਇੱਥੇ ਸਾਡੇ ਪੰਜਾਬੀ ਚ ਇੱਕ ਹੋਰ ਹੀ ਕਹਾਵਤ ਆ, ਨਾ ਐਤਵਾਰ ਨੂੰ ਚੇਤਾ ਆਉਂਦਾ, ਨਾ ਸੋਮਵਾਰ, ਨਾ ਮੰਗਲਵਾਰ, ਨਾ ਵੀਰਵਾਰ, ਨਾ ਸ਼ਨੀਵਾਰ, ਨਾ ਸ਼ੁੱਕਰਵਾਰ। ਕਹਿੰਦੇ ਬੁੱਧ ਦਿਨ ਸ਼ੁੱਧ, ਬੁੱਧ ਦਿਨ ਸੋਮਵਾਰ ਨੂੰ, ਸ਼ੁੱਕਰਵਾਰ ਨੂੰ, ਨਾ ਸ਼ਨੀਵਾਰ ਨੂੰ, ਐਨੇ ਦਿਨਾਂ ਦੇ ਬਣਾਉਣ ਵਾਲੇ ਨੂੰ ਮੰਨਦੇ। ਮੈਨੂੰ ਇਹ ਨੀ ਪਤਾ ਕਿੰਨਾ ਜੋੜ ਦਿਓ ਆਪਣੇ।